ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਸਪਿਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਮੈਂ ਜੋਤ ਕੌਰ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਤੇ ਸਵਾਗਤ ਕਰਦੇ ਹਾਂ ਜੀ। ਅੱਜ ਦੀ ਵੀਡੀਓ ਤੋਂ ਆਪਾਂ ਨਵੀਂ ਪਲੇਲਿਸਟ, ਨਵੇਂ ਸਥਾਨ ਨੂੰ ਵਿਜ਼ਿਟ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈ ਇੰਡੀਅਨ ਜੈਮ ਜੈਪੁਰ। ਤੇ ਜੈਪੁਰ ਦੇ ਵਿੱਚ ਆਪਾਂ ਇਹਨੂੰ ਵਿਜ਼ਿਟ ਕਰਾਂਗੇ, ਸਾਡੇ ਨਾਲ ਪੂਰੀ ਸੀਰੀਜ਼ ਦੇ ਵਿੱਚ ਬਣੇ ਰਹੋ। ਤੇ ਅੱਜ ਆਪਾਂ ਪਹਿਲੇ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਹਾਂ ਜਿਹਦਾ ਨਾਮ ਹੈ ਅਮੀਰ ਪੈਲਸ, ਅਮੀਰ ਫੋਰਟ ਵੀ ਇਹਨੂੰ ਕਿਹਾ ਜਾਂਦਾ ਹੈ। ਤੇ ਅਸੀਂ ਜਿਸ ਪੰਚਾਇਤੀ ਧਰਮਸ਼ਾਲਾ ਦੇ ਵਿੱਚ ਸਟੇ ਕੀਤੀ ਹੈ ਤੁਹਾਨੂੰ ਉਹ ਵੀ ਦਿਖਾ ਦਾਂਗੇ। ਤੇ ਆਓ ਹੁਣ ਆਪਾਂ ਚੱਲਦੇ ਹਾਂ, ਇਸ ਦੀ ਹਿਸਟਰੀ ਨੂੰ ਦੇਖਦੇ ਹਾਂ, ਇਹਦੇ ਵਿੱਚ ਕੀ ਦੇਖਣ ਨੂੰ ਹੈ ਸਾਰਾ ਦੇਖਦੇ ਹਾਂ ਜੀ। ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ ਜੀ, ਆਓ ਚਲੀਏ ਜੀ ਇਹਨੂੰ ਦੇਖਦੇ ਹਾਂ। ਸਾਹਮਣੇ ਤੁਸੀਂ ਜੈਪੁਰ ਜੰਕਸ਼ਨ, ਜੈਪੁਰ ਰੇਲਵੇ ਸਟੇਸ਼ਨ ਦੇਖ ਸਕਦੇ ਹੋ ਜੀ। ਇਸ ਸਾਈਡ ਪੁਲਿਸ ਥਾਣਾ, ਇੱਧਰ ਹੈ ਜੀ ਹੋਟਲ ਸਵਾਗਤਮ ਇਸ ਗਲੀ ਦੇ ਵਿੱਚ। ਤੇ ਜਿਸ ਇੱਥੋਂ ਅੱਗੇ ਹੋਟਲ ਸਵਾਗਤਮ ਤੋਂ ਪੰਚਾਇਤੀ ਧਰਮਸ਼ਾਲਾ ਆਉਂਦੀ ਹੈ ਜੀ, ਆਓ ਚੱਲਦੀ ਹਾਂ ਆਪਾਂ ਉੱਧਰ ਨੂੰ। RTDC ਰਾਜਸਥਾਨ ਗਵਰਨਮੈਂਟ ਦਾ ਹੋਟਲ ਸਵਾਗਤਮ, ਤੇ ਇਹਦੇ ਸਾਹਮਣੇ ਅਗਲੀ ਜਾਂਦੀ ਹੈ ਜਿੱਥੋਂ ਆਪਾਂ ਪੰਚਾਇਤੀ ਧਰਮਸ਼ਾਲਾ ਨੂੰ ਪਹੁੰਚ ਸਕਦੇ ਹਾਂ ਜੀ। ਪੰਚਾਇਤੀ ਧਰਮਸ਼ਾਲਾ ਦੀ ਐਂਟਰੈਂਸ ਇਸ ਸਾਈਡ ਰਿਸੈਪਸ਼ਨ ਹੈ। ਇਸ ਸਕਰੀਨ ਤੋਂ ਤੁਸੀਂ ਰੂਮਸ ਦੀ ਅਵੇਲੇਬਿਲਟੀ ਚੈੱਕ ਕਰ ਸਕਦੇ ਹੋ। ਪੰਚਾਇਤੀ ਧਰਮਸ਼ਾਲਾ ਦੇ ਵਿੱਚ ਜੀ ਮੰਦਿਰ ਵੀ ਬਣਿਆ ਹੋਇਆ, ਮਹਾਦੇਵ ਜੀ ਦਾ ਮੰਦਿਰ ਹੈ ਜੀ। ਤੁਸੀਂ ਦੇਖ ਸਕਦੇ ਹੋ ਕਿ ਪੰਚਾਇਤੀ ਧਰਮਸ਼ਾਲਾ ਦੇ ਵਿੱਚ ਬਣਿਆ ਹੋਇਆ ਮੰਦਿਰ ਹੈ ਜੀ। ਸਾਹਮਣੇ ਅਸੀਂ ਰੈਸਟੋਰੈਂਟ ਦੇਖ ਸਕਦੇ ਹੋ ਜਿੱਥੇ ਆਪਾਂ ਕੁਛ ਵੀ ਖਾਣਾ ਹੋਵੇ ਜਾਂ ਚਾਹ ਲੈਣੀ ਹੋਵੇ ਆਪਾਂ ਲੈ ਸਕਦੇ ਹਾਂ ਜੀ। ਇਹ ਹੈ ਜੀ ਪੂਰੀ ਪੰਚਾਇਤੀ ਧਰਮਸ਼ਾਲਾ, ਬਹੁਤ ਵੱਡੀ ਧਰਮਸ਼ਾਲਾ ਬਣੀ ਹੋਈ ਹੈ ਜੀ। ਤੁਸੀਂ ਇੱਥੇ ਰੁਕ ਸਕਦੇ ਹੋ ਜਦੋਂ ਵੀ ਤੁਸੀਂ ਜੈਪੁਰ ਆਓ। ਅਸੀਂ ਵੀ ਜੀ ਲਿਆ ਹੋਇਆ ਇਸ ਪੰਚਾਇਤੀ ਧਰਮਸ਼ਾਲਾ ਦੇ ਵਿੱਚ ਰੂਮ, ਆਓ ਤੁਹਾਨੂੰ ਰੂਮ ਦਾ ਟੂਰ ਦਿੰਦੇ ਹਾਂ ਜੀ। ਅਸੀਂ ਰੁਕੇ ਹੋਏ ਹਾਂ ਜੀ ਪੰਚਾਇਤੀ ਧਰਮਸ਼ਾਲਾ ਦੇ ਵਿੱਚ, ਅਤੇ ਇੱਥੇ 800 rupees ਪਰ ਪਰਸਨ ਦੇ ਅਕੋਰਡਿੰਗ ਤੁਹਾਨੂੰ AC ਰੂਮ ਦਿੱਤਾ ਜਾਂਦਾ ਹੈ। ਸਾਡਾ 309 ਰੂਮ ਨੰਬਰ ਹੈ, ਰੂਮ ਦਿਖਾਉਂਦੇ ਹਾਂ ਜੀ। ਆ ਚਲੋ, ਇਹ ਹੈ ਜੀ ਸਾਡਾ ਰੂਮ, ਡਬਲ ਬੈੱਡ, ਅਤੇ ਇੱਧਰ ਵਿੰਡੋ ਹੈ, ਤੁਸੀਂ ਬਾਹਰ ਦਾ ਨਜ਼ਾਰੇ ਦੇਖ ਸਕਦੇ ਹੋ। ਇਸ ਸਾਈਡ ਇੱਕ ਕਵਰ ਦਿੱਤਾ ਹੋਇਆ, ਅਟੈਚ ਵਾਸ਼ਰੂਮ, ਅਤੇ ਇਸ ਸਾਈਡ TV ਹੈ ਜੀ। ਮਤਲਬ 800 ਦੇ ਅਕੋਰਡਿੰਗਲੀ ਬਹੁਤ ਹੀ ਵਧੀਆ ਰੂਮ ਹੈ, ਅਤੇ ਅੱਛਾ ਰੂਮ ਹੈ, ਨਾਲੇ ਸਪੇਸ਼ੀਅਸ ਰੂਮ ਹੈ। ਜੇਕਰ ਤੁਸੀਂ ਜੈਪੁਰ ਦੇ ਵਿੱਚ ਆਓ ਤਾਂ ਪੰਚਾਇਤੀ ਧਰਮਸ਼ਾਲਾ ਨੂੰ ਫਸਟ ਪ੍ਰਾਇਓਰਟੀ ਦਿਓ ਆਪਣੇ ਰੁਕਣ ਦੇ ਲਈ ਜੀ।
ਰਹਿ ਗਿਆ ਜੀ ਜੈਪੁਰ ਦਾ ਰੇਲਵੇ ਸਟੇਸ਼ਨ ਜੈਪੁਰ ਜੰਕਸ਼ਨ ਤੇ ਇਸ ਸਾਈਡ ਤੋਂ ਪਾਰਕਿੰਗ ਦੇ ਵਿੱਚੋਂ ਆਪਾਂ ਲੈ ਸਕਦੇ ਹਾਂ ਬਾਈਕ ਰੈਂਟ ਤੇ 450 rupees ਬਾਈਕ ਦੇ ਚਾਰਜ ਨੇ ਪਰ ਡੇ ਦੇ ਅਕੋਰਡਿੰਗ ਆਪਾਂ ਵੀ ਲੈਂਦੇ ਹਾਂ ਜੀ ਫਿਰ ਤੁਹਾਨੂੰ ਐਕਸਪੀਰੀਅੰਸ ਕਰਾਉਂਦੇ ਹਾਂ ਜੀ ਕਿੱਦਾਂ ਦੀ ਸਾਨੂੰ ਬਾਈਕ ਲੱਗੀ ਆ ਵੀਰਾ ਇਹ ਵੀਰਾ ਆਸ਼ੀਸ਼ ਜੀ ਜੈਪੁਰ ਖੜੇ ਆਪਾਂ ਸਟੇਸ਼ਨ ਦੇ ਨਾਲ ਜੀ ਤੇ ਇਹ ਤੋਂ ਬਾਈਕ ਸਕੂਟਰੀ ਲੈਣ ਲੱਗਿਆ ਭਾਅ ਰੈਂਟ ਦੇ ਉੱਤੇ ਜੀ ਜਾਣੀ 500 rupees ਇੱਕ ਦਿਨ ਦੇ ਉੱਤੇ ਦਿੰਦੇ ਨੇ ਰੈਂਟ ਤੇ ਇਹ ਜੀ ਜਾਣੀ ਜੇ ਤੁਸੀਂ ਇਹਨੂੰ ਵੀਰ ਨੂੰ ਕਹਿੰਦੇ ਹੋ ਥੋੜ੍ਹਾ ਬਹੁਤਾ ਘੱਟ ਵੀ ਕਰ ਲੈਂਦੇ ਨੇ ਇਹ ਠੀਕ ਹੈ ਆਪਾਂ ਜੀ ਸਕੂਟੀ ਰੈਂਟ 'ਤੇ ਲਈ ਹੈ ਅਤੇ ਮੇਰੇ ਮਦਰ ਨੇ ਪਾਇਆ ਫਸਟ ਟਾਈਮ ਹੈਲਮੇਟ ਤੁਸੀਂ ਦੇਖ ਸਕਦੇ ਹੋ ਇਹ ਹੈ ਜੀ ਆਪਣੀ ਐਕਟਿਵਾ ਇੱਥੇ ਆਪਾਂ ਸਾਰੇ ਜੈਪੁਰ ਨੂੰ ਘੁੰਮਾਂਗੇ ਜੀ ਸਾਡੇ ਨਾਲ ਪੂਰੀ ਜੈਪੁਰ ਦੀ ਪਲੇਲਿਸਟ 'ਚ ਬਣੇ ਰਹੋ ਜੀ ਆਪਾਂ ਜਾ ਰਹੇ ਹਾਂ ਜੀ ਅਮੀਰ ਫੋਰਟ ਵੱਲ ਨੂੰ ਬਣੇ ਰਹੇ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰੀ ਜ਼ਰੂਰ ਦੇਖਿਓ ਜੀ ਵੀਡੀਓ ਨੂੰ ਲਾਈਕ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਆਓ ਚੱਲੀਏ ਜੀ ਇਹ ਆ ਗਿਆ ਜੀ ਅਮੀਰ ਪੈਲਸ ਦਾ ਅਮੀਰ ਫੋਰਟ ਦਾ ਪਹਿਲਾ ਗੇਟ ਜੀ ਹੋ ਗਿਆ ਆਪਾਂ ਐਂਟਰ ਜੀ ਪਰ ਤੁਸੀਂ ਅਮੀਰ ਪੈਲਸ ਦੇਖ ਸਕਦੇ ਹੋ ਜੀ ਥੱਲੇ ਜਿਹੜਾ ਸਾਰਾ ਏਰੀਆ ਹੈ ਪਾਰਕਿੰਗ ਵਾਸਤੇ ਹੈ ਤੁਸੀਂ ਇਹ ਛੋਟੀ ਜਿਹੀ ਲੇਕ ਦੇਖ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਅਮੀਰ ਪੈਲਸ ਅਮੀਰ ਫੋਰਟ ਬਹੁਤ ਜ਼ਿਆਦਾ ਟੂਰਿਸਟ ਆਏ ਹੋਏ ਨੇ ਜੀ ਇਸ ਫੋਰਟ ਨੂੰ ਇਸ ਪੈਲਸ ਨੂੰ ਦੇਖਣ ਲਈ ਜੀ ਅਮੀਰ ਪੈਲਸ ਤੋਂ ਆਪਾਂ ਨੀਚੇ ਦੇਖ ਸਕਦੇ ਹਾਂ ਇੱਕ ਬਹੁਤ ਹੀ ਪੁਰਾਣਾ ਵਿਲੇਜ ਜੋ ਕਿ ਅਮੀਰ ਪੈਲਸ ਦੀ ਕੰਸਟਰਕਸ਼ਨ ਤੋਂ ਪਹਿਲਾਂ ਦਾ ਵਸਿਆ ਹੋਇਆ ਜੀ ਇਹ ਹੈ ਜੀ ਗਾਈਡ ਦੀ ਫੀਸ 1-4% ਲਈ 400 15-35 ਲਈ 1000 rupees ਅਮੀਰ ਫੋਰਟ ਅਮੀਰ ਪੈਲਸ ਦੇ ਵਿੱਚ ਜੀ ਬਣ ਗਈ ਚੱਲਦੇ ਹਾਂ ਇਸ ਦੀ ਹਿਸਟਰੀ ਨੂੰ ਦੇਖਦੇ ਹਾਂ ਇਹਦੇ ਵਿੱਚ ਕੀ ਦੇਖਣ ਨੂੰ ਹੈ ਸਾਰਾ ਦੇਖਦੇ ਹਾਂ ਜੀ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ ਜੀ ਆਓ ਚੱਲੀਏ ਜੀ ਇਹਨੂੰ ਦੇਖਦੇ ਹਾਂ ਜੀ ਇਹ ਨੇ ਜੀ ਇੱਥੇ ਰਾਜਸਥਾਨੀ ਇੰਸਟਰੂਮੈਂਟਸ ਪਲੇ ਕਰ ਰਹੇ ਨੇ ਹੁਣ ਆਪਾਂ ਐਂਟਰ ਹੋ ਚੁੱਕੇ ਹਾਂ ਜੀ ਅਮੀਰ ਫੋਰਟ ਦੇ ਵਿੱਚ ਜਿਸ ਗੇਟ ਤੋਂ ਆਪਾਂ ਐਂਟਰੀ ਕੀਤੀ ਹੈ ਇਸ ਨੂੰ ਮੂਨ ਗੇਟ ਕਿਹਾ ਜਾਂਦਾ ਮੂਨ ਗੇਟ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਨ ਗੇਟ ਬਣਿਆ ਹੋਇਆ ਇਹ ਸਾਰਾ ਦਾ ਸਾਰਾ ਅਮੀਰ ਫੋਰਟ ਵਾਸਤੂ ਸ਼ਾਸਤਰ ਦੇ ਅਕੋਰਡਿੰਗ ਬਣਾਇਆ ਗਿਆ ਬਹੁਤ ਹੀ ਸੋਹਣਾ ਇਹ ਫੋਰਟ ਬਣਿਆ ਹੋਇਆ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਨੂੰ ਮੇਨਟੇਨ ਕੀਤਾ ਗਿਆ ਜੀ ਇਸ ਸਾਈਡ ਹੋ ਰਹੀ ਹੈ ਜੀ ਐਲੀਫੈਂਟ ਰਾਈਡ ਜੇਕਰ ਤੁਸੀਂ ਅਮੀਰ ਪੈਲਸ ਦੇ ਵਿੱਚ ਆਓ ਤਾਂ ਐਲੀਫੈਂਟ ਰਾਈਡ ਦਾ ਵੀ ਮਜ਼ਾ ਤੁਸੀਂ ਉਠਾ ਸਕਦੇ ਹੋ ਜੀ ਬਹੁਤ ਜ਼ਿਆਦਾ ਇੱਥੇ ਇਹ ਟੂਰਿਸਟ ਜਿਹੜੇ ਨੇ ਆਏ ਹੋਏ ਨੇ ਫੋਰਨਰ ਇੰਡੀਅਨ ਸਾਰੇ ਇੱਥੇ ਵਿਜ਼ਿਟ ਕਰਨ ਲਈ ਇਸ ਅਮੀਰ ਪੈਲਸ ਨੂੰ
ਇਸ ਬਹੁਤ ਹੀ ਖੂਬਸੂਰਤ ਜਿਹੇ ਕਿਲੇ ਨੂੰ ਵਿਜ਼ਿਟ ਕਰਨ ਲਈ ਆਏ ਹੋਏ ਨੇ। ਇਹਨਾਂ ਨੂੰ ਆਪਾਂ ਐਜ਼ ਅ ਗਾਈਡ ਹਾਇਰ ਕੀਤਾ ਹੈ, ਅਤੇ ਜੇਕਰ ਤੁਸੀਂ ਅਮੀਰ ਪੈਲਸ ਦੇ ਵਿੱਚ ਆਉਂਦੇ ਹੋ ਤਾਂ ਗਾਈਡ ਦੀ ਫੈਸਿਲਿਟੀ ਜ਼ਰੂਰ ਲੈ ਲਿਓ ਤਾਂ ਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਸਕੇ ਜੀ। ਇਹ ਗਾਈਡ ਨੇ ਜੀ ਅੱਜ ਦੇ ਲਈ ਸਾਡੇ ਅਮੀਰ ਪੈਲਸ ਦੇ ਲਈ। ਆਓ ਚਲੀਏ ਜੀ ਹੁਣ ਅਮੀਰ ਪੈਲਸ ਨੂੰ ਵਿਜ਼ਿਟ ਕਰ। ਇਹ ਹੈ ਜੀ ਸਾਹਮਣੇ ਟਿਕਟ ਕਾਊਂਟਰ, ਇੱਥੋਂ ਆਪਾਂ ਟਿਕਟ ਲੈ ਸਕਦੇ ਹਾਂ। ਇੱਕ ਵਾਰ ਤੁਹਾਨੂੰ ਲੋਕੇਸ਼ਨ ਦਿਖਾ ਦਿੰਦਾ ਕਿੱਥੇ ਬਣਿਆ ਹੋਇਆ ਟਿਕਟ ਕਾਊਂਟਰ। ਸਾਹਮਣੇ ਹੈ ਸਨ ਟੈਂਪਲ, ਸੋਰੀ ਸਨ ਗੇਟ, ਇਸ ਸਾਈਡ ਟਿਕਟ ਕਾਊਂਟਰ ਬਣਿਆ ਹੋਇਆ। ਜਿਸ ਜਗ੍ਹਾ 'ਤੇ ਟਿਕਟ ਕਾਊਂਟਰ ਬਣਿਆ ਹੋਇਆ ਇੱਥੇ ਪਹਿਲਾਂ ਘੋੜਿਆਂ ਦਾ ਅਸਤਬਲ ਸੀ, ਘੋੜੇ ਇੱਥੇ ਬੰਨੇ ਜਾਂਦੇ ਸੀ, ਫਿਰ ਘੋੜਿਆਂ ਦੇ ਅਸਤਬਲ ਨੂੰ ਰੈਨੋਵੇਟ ਕਰਕੇ ਟਿਕਟ ਕਾਊਂਟਰ ਦਾ ਰੂਪ ਦੇ ਦਿੱਤਾ ਗਿਆ। ਹੁਣ ਆਪਾਂ ਜੀ ਅਪਸਟੇਅਰਸ ਜਾ ਰਹੇ ਹਾਂ ਅਤੇ ਇੱਥੇ ਸ਼ਾਲਾ ਮਾਤਾ ਜੀ ਦਾ ਟੈਂਪਲ ਹੈ। ਚੱਲਦੇ ਹਾਂ ਜੀ ਹੁਣ ਆਪਾਂ। ਜਿਹੜਾ ਤੁਸੀਂ ਸਾਹਮਣੇ ਗਲਿਆਰਾ ਦੇਖ ਰਹੇ ਹੋ ਇਹਨੂੰ ਜਲੇਬੀ ਮੈਦਾਨ ਬੋਲਿਆ ਜਾਂਦਾ ਹੈ। ਇੱਥੇ ਜਿਹੜੇ ਜੈਗਰ ਫੋਰਟ ਦੇ ਵਿੱਚ ਸਿਪਾਹੀ ਰੱਖੇ ਜਾਂਦੇ ਸੀ, ਸੋਲਜਰਸ, ਉਹ ਇੱਥੇ ਪਰੇਡ ਕਰਦੇ ਸੀ। ਇਸ ਜਗ੍ਹਾ ਜਿਹੜੇ ਅਸੀਂ ਦੋ ਗੁੰਬਦ ਦੇਖ ਰਹੇ ਹੋ ਇਹਨਾਂ ਥੱਲੇ ਰਾਜਾ ਅਤੇ ਰਾਣੀ ਬੈਠਦੇ ਸਨ, ਇੱਥੇ ਉਹਨਾਂ ਦੇ ਮੰਤਰੀ ਵਗੈਰਾ ਬੈਠਦੇ ਸਨ। ਇਸ ਸਾਈਡ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਇਹ ਸਨ ਗੇਟ ਹੈ। ਸਨ ਇੱਧਰੋਂ ਮਤਲਬ ਟ੍ਰਾਈਜ ਹੁੰਦਾ ਅਤੇ ਇੱਧਰੋਂ ਮੂਨ ਗੇਟ ਹੈ। ਐਂਡ ਜਿਹੜੀ ਸੀ ਸਿਕਿਉਰਿਟੀ ਵਾਲ ਦੇਖ ਰਹੇ ਹੋ, ਇਹ ਸਾਰੀ ਸਿਕਿਉਰਿਟੀ ਵਾਲ 12 ਕਿਲੋਮੀਟਰ ਦੇ ਏਰੀਏ ਨੂੰ ਕਵਰ ਕਰਦੀ ਹੈ ਅਤੇ ਇਹ ਜੈਗੜ ਫੋਰਟ ਜਿਹੜਾ ਫੋਰਟ ਹੈ ਉਹ ਵੀ ਇਹਦੇ ਵਿੱਚ ਹੀ ਆਉਂਦਾ ਅਤੇ ਆਪਾਂ ਐਕਸਪਲੋਰ ਕਰਦੇ ਰਹਾਂਗੇ ਜੀ। ਹੁਣ ਆਪਾਂ ਖੜ੍ਹੇ ਹਾਂ ਜੀ ਉਸ ਜਗ੍ਹਾ 'ਤੇ ਜਿਸ ਨੂੰ ਦੀਵਾਨੇ ਆਮ ਕਿਹਾ ਜਾਂਦਾ ਹੈ। ਇਸ ਵਿੱਚ ਪਬਲਿਕ ਅਲਾਊਡ ਹੁੰਦੀ ਸੀ ਅਤੇ ਇਸ ਤੋਂ ਅੱਗੇ ਪਬਲਿਕ ਨਹੀਂ ਜਾ ਸਕਦੀ ਸੀ। ਮਹਾਰਾਜਾ ਸਵਾਈ ਜੈ ਸਿੰਘ ਦੇ ਸਮੇਂ ਵਿੱਚ ਉਹਨਾਂ ਦੇ ਥੱਲੇ 27 ਹੋਰ ਛੋਟੇ ਰਾਜੇ ਹੁੰਦੇ ਸਨ ਜਿਨ੍ਹਾਂ ਨੂੰ ਰਾਜਸਥਾਨੀ ਵਿੱਚ ਰਜਵਾੜੇ ਕਿਹਾ ਜਾਂਦਾ ਹੈ। ਇਹਨਾਂ 27 ਰਜਵਾੜਿਆਂ ਦੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਉੱਥੇ ਬੈਠਦੇ ਸਨ। 27 ਉਹਨਾਂ ਲਈ ਪਲੇਸ ਬਣਾਈਆਂ ਹੋਈਆਂ ਸਨ ਅਤੇ ਸਾਹਮਣੇ ਰਾਜਾ ਜੀ ਬੈਠਦੇ ਸਨ ਅਤੇ ਇਸ ਸਾਈਡ ਜਿਹੜਾ ਆਪਾਂ ਜਗ੍ਹਾ ਦੇਖ ਸਕਦੇ ਹਾਂ ਇਸ ਵਿੱਚ ਜਿਹੜੀ ਪਬਲਿਕ ਹੁੰਦੀ ਸੀ ਉਹਦੇ ਲਈ ਖਾਣਾ ਬਣਾਇਆ ਜਾਂਦਾ ਸੀ। ਦੀਵਾਨੇ ਆਮ ਵਿੱਚ ਪਬਲਿਕ ਬੈਠਦੀ ਹੁੰਦੀ ਸੀ। ਜਦੋਂ ਵੀ ਮਹਾਰਾਜਾ ਸਵਾਈ ਜੈ ਸਿੰਘ ਜੀ ਆਪਣਾ ਮਤਲਬ ਰਾਜ ਲਗਾਉਂਦੇ ਸਨ, ਜਦੋਂ ਵੀ ਕੋਈ ਵੀ ਸੁਣਵਾਈ ਹੋਣੀ ਹੁੰਦੀ ਸੀ ਤਾਂ 27 ਵਿੱਚੋਂ ਇੱਕ ਰਜਵਾੜਾ ਆ ਕੇ ਮਹਾਰਾਜ ਜੀ ਨੂੰ ਮਸਲਾ ਦੱਸਦਾ ਸੀ। ਮਹਾਰਾਜ ਜੀ ਉਸਦੀ ਸੁਣਵਾਈ ਕਰਕੇ ਉਸਦਾ ਫੈਸਲਾ ਦਿੰਦੇ ਸਨ। ਜਿਹੜੀ ਆਪਾਂ ਸਾਹਮਣੇ ਬਿਲਡਿੰਗ ਦੇਖ ਸਕਦੇ ਹਾਂ ਇਸ ਵਿੱਚ ਕੁੱਲ 48 ਪਿੱਲਰਸ ਨੇ, 48 ਖੰਭੇ ਨੇ ਜੀ। ਬਾਹਰਲੇ ਜਿਹੜੇ 32 ਪਿੱਲਰ ਨੇ ਇਹ ਸਾਰੇ ਬਹੁਤ ਹੀ ਕੀਮਤੀ ਪੱਥਰਾਂ ਤੋਂ ਬਣੇ ਹੋਏ ਹਨ ਅਤੇ ਅੰਦਰ ਦੇ 16 ਜਿਹੜੇ ਖੰਭੇ ਨੇ ਪਿੱਲਰਸ ਨੇ ਇਹਨਾਂ ਨੂੰ ਮਾਰਬਲ ਦੇ ਨਾਲ ਡਿਜ਼ਾਈਨ ਕੀਤਾ ਗਿਆ ਜੀ। ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਰਾਜ ਦਰਬਾਰ ਬਣਾਇਆ ਹੋਇਆ ਜੀ। ਸਾਈਡ ਹੈ ਜੀ ਰਾਜਾ ਦਾ ਬੈਡਰੂਮ ਜਿੱਥੇ ਉਹਨਾਂ ਦਾ ਨਿਵਾਸ ਹੁੰਦਾ ਸੀ ਅਤੇ ਇੱਥੇ ਉਹ ਗੇਮ ਖੇਡਦੇ ਹੁੰਦੇ ਸੀ ਜਿਹੜੀ ਉਸ ਟਾਈਮ ਦੀ, ਉਹ ਵੀ ਇਸ ਜਗ੍ਹਾ 'ਤੇ ਸੰਭਾਲ ਕੇ ਰੱਖੀ ਹੋਈ ਹੈ ਜੀ। ਹੁਣ ਆਪਾਂ ਇਸ ਸਾਈਡ ਜਾ ਰਹੇ ਹਾਂ। ਆਓ ਜੀ ਹੁਣ ਆਪਾਂ ਦੇਖਦੇ ਹਾਂ ਉਹ 27 ਸੈਕਸ਼ਨ, 27 ਕਚਹਿਰੀਆਂ ਜਿਨ੍ਹਾਂ ਦੇ ਵਿੱਚ 27 ਰਜਵਾੜੇ ਬਿਠਾਏ ਜਾਂਦੇ ਸਨ। ਇਹ ਤੁਸੀਂ ਸੈਕਸ਼ਨਸ ਦੇਖ ਸਕਦੇ ਹੋ, ਇਸ ਦੇ ਇੱਕ ਵਿੱਚ ਇੱਕ ਰਜਵਾੜਾ ਬੈਠਦਾ ਸੀ ਅਤੇ ਮਹਾਰਾਜ ਜੀ ਦੇ ਬੁਲਾਉਣ 'ਤੇ ਉਹ ਆਪਣੀ ਜਿਹੜੀ ਸੁਣਵਾਈ ਸੀ ਜਾਂ ਮਸਲਾ ਹੁੰਦਾ ਸੀ ਮਹਾਰਾਜ ਸਾਹਮਣੇ ਪੇਸ਼ ਕਰਦਾ ਸੀ। ਹੁਣ ਆਪਾਂ ਦੇਖ ਸਕਦੇ ਹਾਂ
ਕੇਸਰ ਗਾਰਡਨ ਜੋ ਕਿ ਮਹਾਰਾਜ ਜੀ ਨੇ ਬਣਾਇਆ ਸੀ। ਮਹਾਰਾਜ ਜੀ ਐਕਚੁਅਲ ਦੇ ਵਿੱਚ ਇੱਥੇ ਕੇਸਰ ਦਾ ਬਾਗ ਲਗਾਉਣਾ ਚਾਹੁੰਦੇ ਸਨ, ਪਰ ਰਾਜਸਥਾਨ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਅਤੇ ਮਹਾਰਾਜ ਜੀ ਦੇ ਬਹੁਤ ਸਾਰੇ ਪ੍ਰਬੰਧ ਕਰਨ ਦੇ ਬਾਵਜੂਦ ਵੀ ਇੱਥੇ ਕੇਸਰ ਨਾ ਉੱਗ ਸਕਿਆ। ਤੁਸੀਂ ਸਾਹਮਣੇ ਜਿਹੜਾ ਗਾਰਡਨ ਦੇਖ ਸਕਦੇ ਹੋ, ਇਸ ਨੂੰ ਇਸਦੇ ਜਿਸਨੇ ਬਣਾਇਆ ਸੀ ਉਹਦੇ ਨਾਮ 'ਤੇ ਹੀ ਰੱਖਿਆ ਗਿਆ। ਨਾਮ ਹੈ ਇਸਦਾ ਜੀ ਗੰਗਾ ਰਾਮ ਗਾਰਡਨ। ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਉਸ ਸੁਰੰਗ ਨੂੰ ਜੋ ਕਿ ਜੈਗੜ੍ਹ ਫੋਰਟ ਅਤੇ ਅਮੇਰ ਫੋਰਟ ਨੂੰ ਕਨੈਕਟ ਕਰਦੀ ਹੈ, ਅਤੇ ਦੁਨੀਆ ਦੇ ਸਭ ਤੋਂ ਵੱਡੇ ਗੀਜ਼ਰ ਨੂੰ ਵੇਖਾਂਗੇ ਜਿੱਥੇ ਮਹਾਰਾਣੀਆਂ ਇਸ਼ਨਾਨ ਕਰਦੀਆਂ ਸਨ, ਉਸ ਬਾਥਿੰਗ ਏਰੀਆ ਨੂੰ ਦੇਖਾਂਗੇ। ਇਸ ਲਈ ਸਾਡੇ ਨਾਲ ਜੈਪੁਰ ਦੀ ਪੂਰੀ ਪਲੇਲਿਸਟ ਦੇ ਵਿੱਚ ਬਣੇ ਰਹੋ ਅਤੇ ਕੋਈ ਵੀ ਵੀਡੀਓ ਸਕਿੱਪ ਨਾ ਕਰਿਓ ਜੀ। ਆਪਾਂ ਸਟੈਪ ਬਾਈ ਸਟੈਪ ਸਾਰੇ ਕਿਲਿਆਂ ਨੂੰ ਵੇਖਾਂਗੇ। ਸਾਡੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਿਓ। ਤਿਰੰਗ ਰਾਸਤਾ ਇਹ ਹੈ ਜੀ। ਹੁਣ ਆਪਾਂ ਜਾ ਰਹੇ ਟਨਲ ਜੋ ਕਿ ਜੈਗੜ੍ਹ ਫੋਰਟ ਵੱਲ ਨੂੰ ਜਾਂਦੀ ਹੈ। Can I say that you're looking real nice? We'll love to chat right now before I get high.